गीता ਤੁਸੀਂ ਮੇਰੇ ਘਰ ਆਈਆਂ ਇਹ ਬੜੀ ਛੇ ਲਗਾਲ ਹੈ ਅਸਲ ਚ ਮਿਕ ਇੰਟਰਨੈਟ ਦੇ ਬਾਰੇ ਚ ਮਹੱਤਵਪੂਰਨ ਗੱਲਾਂ ਦੀ ਸਮਝ ਲਈ ਤੁਹੰਦੀ ਮਦਦ ਦੀ ਲੋੜ ਹੈ ਜ਼ਰੂਰ ਚਾਚਾ ਮੈਂ ਇੱਥੇ ਤੁੰਦੀ ਮਦਦ ਤੇ ਮਾਰਗਦਰਸ਼ਨ ਦੇ ਲਈ ਆਈਆਂ ਦੇਖੋ গীਤਾ ਜੇ ਲ ਮਿਕੀ ਰੇਲ ਗੱਡੀ ਰਾਏ ਕੋਤੇ ਜਾਣਾ ਹੁੰਦਾ ਹੈ ਤੇ ਮਿਕੀ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੁੰਦਾ ਹੈ ਜੀਆਂ ਮੈਂ ਫਸਲਾਂ ਦੀ ਮੌਜੂਦਾ ਕੀਮਤ ਦਾ ਪਤਾ ਕਰਨੇ ਹੱਸਤੇ ਅਕਸਰ ਸ਼ਹਿਰ ਜਨਾਰੋਨਾ ਇਦੇ ਲਈ ਮिक्की ਸ਼ਹਿਰ ਜਾਣੇ ਹੱਸਤੇ ਰੇਲ ਦੀ ਲੰਬੀ ਦੂਰੀ ਦੀ ਯਾਤਰਾ ਕਰਨੀ ਪਉਂਦੀ ਹੈ ਤੇ ਉਹਦੇ ਮਗਰਾ ਟਿਕਟ ਖਰੀਦਣੇ ਗਿਤਾ ਲੰਬੀ ਰੀਂਗੇ ਚ ਕਈ ਘੰਟੇ ਤੋਂੜੀ ਬਲਗਣਾ ਪਉਂਦਾ ਹੈ ਅਰੇ ਚਾਚਾ ਤੁੰਦੀ ਸਮੱਸਿਆ ਇਹ ਇਹ ਤੇ ਨਹੀਂ ਕਠਨ ਨਹੀਂ ਹੈ ਤੁਸ ਅਸਲ ਚ ਟ੍ਰੇਨ ਟਿਕਟ ਬੁੱਕ ਕਰਨੇ ਤੇ ਕੰਨ ਹੈ ਫਸਟ ਲਈ ਕੀਮਤ ਪਤਾ ਲਾਣੇ ਦੇ ਲਈ ਇੰਟਰਨੈਟ ਦਾ ਉਪਯੋਗ ਕਰ ਸਕਦੇ ਹੋ ਕੀ ਹੈ ਮੁਮਕਿਨ ਹੈ ਮਿਹਰਬਾਨੀ ਕਰੀਏ ਮिक्की ਦੱਸੋ ਮੈਂ ਇਹ ਕਿੰਿਆ ਕਰੀ ਸਕਣਾ ਹੈ ਠੀਕ ਹੈ ਚਲੋ ਮੈਂ ਤੁਸੇ ਕੀ ਦੱਸਨੀਆ ਜੇ ਤੁਸ ਆਪਣੇ ਘਰ ਚ ਗਏ ਫਸਲਾਂ ਦੀ ਕੀਮਤ ਕਿਹਾਂ ਪਤਾ ਕਰ ਸਕਦੇ ਹੋ ਤੇ ਰੇਲ ਵੀ ਦਾ ਟਿਕਟ ਕਿਹਾਂ ਬੁੱਕ ਕਰ ਸਕਦੇ ਹੋ ਗੀਤਾ ਇਥੇ ਬੜਾ ਸ਼ਾਇਲ ਹੈ ਮੈਂ ਘਰ ਬੈਠੀ ਹੈ ਫਸਲਾਂ ਦੀ ਕੀਮਤ ਦਾ ਪਤਾ ਕਰਨੇ ਹੱਸਤੇ ਇੰਟਰਨੈਟ ਦਾ ਇਸਤੇਮਾਲ ਕਰੀ ਸਕਣਾ ਨਿਸ਼ਚਿਤ ਰੂਪ ਚ ਚਾਚਾ ਇਹ ਇੱਕ ਥਾਰ ਹੈ ਜਿੱਥੇ ਇੰਟਰਨੈਟ ਭਾਰਤ ਦੇ ਕਿਸਾਨਾਂ ਦੇ ਲਈ ਮਦਦ ਕਰ ਸਕਦਾ ਹੈ ਸੱਚ ਮिक्की ਸਮਝਾਓ ਮੈਂ ਆਪਣੇ ਫਾਇਦੇ ਵਾਸਤੇ ਇੰਟਰਨੈਟ ਦਾ ਇਸਤੇਮਾਲ ਕਿੰਨਾਂ ਕਰੀ ਸਕਣਾ ਬੇਸ਼ੱਕ ਚਾਚਾ ਪਹਿਲੇ ਮੈਂ ਤੁਸੇ ਕੀ ਦਸੀਦਿਆਂ ਜੇ ਪਾਰ ਦਾ ਕ੍ਰਿਸ਼ੀ ਮੰਤਰਾਲੇ ਕਿਸਾਨ ਨੇ ਥੋੜੀ ਪੂਜਨੇ ਦੇ ਲਈ ਇੰਟਰਨੈਟ ਦਾ ਉਪਯੋਗ ਕਿਸ ਚਾਲੀ ਕਰਾਰਦਾ ਹੈ ਤੁਸ ਦੇਖਦੇ ਹੋ ਜੇ ਪਾਰਤੀ 70% ਆਵਾਦੀ ਗ੍ਰਾਮੀਣ ਖੇਤਰੀਜ ਰਹਦੀ ਹੈ ਤੇ ਕ੍ਰਿਸ਼ੀ ਤੇ ਤਯਦਿਕ ਨਾਲ ਜੁੜੇ ਤੇ ਦੂਏ ਕਮੇ ਪਰ ਨਿਰਭਰ ਹੈ ਕ੍ਰਿਸ਼ੀ ਖੇਤਰ ਦੇ ਮਤ ਪੂਰਤਾ ਦੇ ਕਾਰਨ ਕ੍ਰਿਸ਼ੀ ਤੇ ਸਹਿਕਾਰੀ ਤੇ ਵਿਭਾਗ ਤੇ ਪਾਰ ਸਰਕਾਰ ਦਾ ਕ੍ਰਿਸ਼ੀ ਮੰਤਰਾਲੇ ਨਿਯਮਿਤ ਰੂਪਕ ਨੇ ਖੇਤੀ ਸਾਂਖੇ ਕੀ ਇਕੱਠੀ ਕਰਦਾ ਹੈ ਤੇ ਉਹਦਾ ਰਖ ਰਖਾ ਕਰਦਾ ਹੈ ਤੇ ਪੋਰਟਲ www.agmarket.nic.in ਦੇ ਮਾਧਿਅਮ ਕੰਨੈ ਹਿਤ ਤਾਰ ਕੇ ਦੇ ਲਈ ਸੁਲਬ ਬਣਾਉਂਦਾ ਹੈ ਇਸ ਪੋਰਟਲ ਦੇ ਮਾਧਿਅਮ ਕੰਨੈ ਕਿਸਾਨ ਥੋਕ ਉਤਪਾਦਨ ਦੇ ਲਈ ਰਾਸ਼ਵਿਆਪੀ ਬਾਜ਼ਾਰ ਦੀ ਜਾਣਕਾਰੀ حاصل ਕਰ ਸਕਦੇ ਹਨ ਇੱਕ ਸੁਧਾਰਨ ਇੰਟਰਨੈਟ ਕਨੈਕਸ਼ਨ ਦੀ ਮਦਦ ਕੰਨੈ ਉਹ ਆਸਾਨੀ ਕੰਨ ਬਕ ਬਕ ਉਤਪਾਦ ਨਿਦਾ ਬੈਨਿੰਗ ਬਾਜ਼ਾਰ ਪਾਪ ਆਸਲ ਕਰ ਸਕਦੇ ਤੇ ਨਿਸ਼ਚਿਤ ਹੋਇਆ ਖਰੀਦ ਤੇ ਬਿਕਰੀ ਪਰ ਫੈਸਲਾ ਲੈ ਸਕਦੇ ਇਹ ਸੂਚਨਾ ਇੰਦੀ ਅੰਗਰੇਜ਼ੀ ਪੰਜਾਬੀ ਤੇਲਗੂ ਤਮਿਲ ਤੇ ਹੋਰ ਭਾਰਤੀ ਭਾਸ਼ਾਂ ਚ ਵੀ ਆਸਲ ਕੀਤੀ ਜਾ ਸਕਦੀਆਂ थोक मुलेदी अपडेट जानकारी ਦੇ ਇਲਾਵਾ ਤੁਸੀਂ ਦਰਕਰ ਜਾ ਕ੍ਰਿਸ਼ੀ ਖੇਤਰ ਦੇ ਸੰਬੰਧਿਤ ਨੀਤੀਆਂ ਤੇ ਨਿਯਮ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰ ਸਕਦੇ ਹੋ ਕਰਸਾਨ ਆਪਣੇ ਉਤਪਾਦ ਨਜ਼ਦੀਕੀ ਬਾਜ਼ਾਰ ਚ ਖਰੇ ਪਾਏ ਚ ਵੇਚੀ ਸਕਦੇ ਮੇਰੇ ਆਸਤੇ ਤੇ ਇਹ ਸ਼ਾਇਲ ਖਬਰ ਹੈ ਮਿਹਰबानी करिए ਮੇਗੀ ਦੱਸੋ ਕਿ ਮੈਂ ਇਸ ਸਾਈਟ ਦੇ ਰਾਏ ਰਾਜ ਦੇ ਬਾਜ਼ਾਰੇ ਚ ਚੋਲੇ ਦੇ ਥੋਕ ਭਾ ਦਾ ਕਿਹਾਂ ਪਤਾ ਲਾਈ ਸਕਣਾ ਜ਼ਰੂਰ ਬਸ ਇਹਨੇ ਚਰਨੇ ਦਾ ਪਾਲਣ ਕਰੋ ਪਹਿਲੇ AG market te web pe www.agmarket.nic.in ਉਪਰ ਜਾਓ ਜੇਕਰ ਤੁਸੀਂ ਉੱਤਰ ਪ੍ਰਦੇਸ਼ ਚ ਚੌਲੇ ਦੀ ਕੀਮਤ ਜਾਨਣਾ ਚਾਹੁੰਦੇ ਹੋ ਜੇਕਰ ਤੁਸੀਂ ਦਸਗੇ ਦੇ ਪੇਜ ਉਪਰ ਮਾਰਕੀਟ ਬੁਲੇਟਿਨ ਖੰਡ ਚ ਦਸਗੇ ਦੀ ਵਸਤੂ ਦਾ ਤੀਥੀ ਦੇ ਸਬ ਬਪਾ ਜਾਨਣਾ ਚਾਹੁੰਦੇ ਹੋ ਤਾਂ ਉਹਦੇ ਲਿੰਕ ਉਪਰ ਕਲਿੱਕ ਕਰੋ ਹੁਣ ਜਿਲੇ ਇਸ ਲਿੰਕ ਉਪਰ ਕਲਿੱਕ ਕਰਕੇ ਤੈਕ ਨਮਾ ਪੇਜ ਖੁੱਲਗ ਇਸ ਪੇਜ 'ਤੇ ਬਰੇ ਤੇ ਮਹੀਨੇ ਦੀ ਚੁਨੋ ਜਿਹਦੇ ਲਈ ਤੁਸੀਂ ਫਸਲ ਦੀ ਕੀਮਤ ਜਾਣਨਾ ਚਾਹੁੰਦੇ ਹੋ ਉਹਦੇ ਮੰਗਰਾ ਤੁਸੀਂ ਕੀ ਰਾਜ ਦੇ ਨਾਂ ਦਾ ਚੈਨ ਕਰਨੇ ਦਾ ਵਿਕਲਪ ਮਿਲੋ ਸੂਚੀ 'ਚ ਤੁਸੀਂ ਉਸ ਰਾਜ ਦੇ ਨਾਂ ਦਾ ਚੈਨ ਕਰੋ ਜਿਹਦੀ ਜਾਣਕਾਰੀ ਤੁਸੀਂ ਗੀ ਚਾਹੀਦੀ ਜੇਕਰ ਉੱਤਰ ਪ੍ਰਦੇਸ਼ ਦਾ ਚੈਨ ਕਰਚਾ ਰਾਜ ਦਾ ਚੈਨ ਕਰਨੇ ਪਰ ਇੱਕ ਹੋਰ ਬਾਕਸ ਪ੍ਰਕਟ ਹੋ ਜਿਹਦੇ 'ਚ ਤੁਸੀਂ ਗੀ ਜਿੰਸ ਦਾ ਚੈਨ ਕਰ ਰਹਾ ਹੋ ਬਸੂਏ ਦੀ ਸੂਚੀ ਚ ਤੁਸੀਂ ਚੌਲ ਉੱਪਰ ਕਲਿੱਕ ਕਰੋ ਇੱਕ ਵਾਰੀ ਚੌਲ ਦਾ ਚੈੱਕ ਕਰਨ ਲਿਆਨੇ ਉੱਪਰ ਸਬਮਿਟ ਬਟਨ ਉੱਪਰ ਕਲਿੱਕ ਕਰੋ ਹੁਣ ਤੁਸੀਂ ਚੁਣੇਗੇ ਮਾਦੀ ਬਖਬਖ ਤਰੀਕੇ ਦੇ ਲਈ ਉੱਤਰ ਪ੍ਰਦੇਸ਼ ਦੇ ਬਖਬਖ ਖੇਤੀ ਬਾਜ਼ਾਰੇ ਚ ਚੌਲੇ ਦੀ ਕੀਮਤਾਂ ਦੀ ਇੱਕ ਰਿਪੋਰਟ ਦਿਖਗੇ ਕੀ ਮੈਂ ਵੀ ਇਸ ਸਾਈਟ ਦੇ ਰਾਹੀਂ ਬਾਜ਼ਾਰੇ ਦੀ ਸਾਰੀ ਚੀਜ਼ਾਂ ਦੇ ਬਾਰੇ ਚ ਜਾਣਕਾਰੀ حاصل ਕਰੀ ਸਕਣਾ ਜ਼ਰੂਰ ਚਾਚਾ ਮੈਂ ਤੁਸੇ ਕੀ ਦਸਨੀਆ ਕੀਆਂ ਜੇਕਰ ਤੁਸੀਂ ਬਾਜ਼ਾਰ ਦੀ ਸਭੇ ਚੀਜ਼ੇ ਦੀ ਕੀਮਤ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਬਲਿਟਨ ਖੰਡ ਦੇ ਮਾਰਕੀਟ ਵਾਈਸ ਕਮੋਡਿਟੀ ਵਾਈਸ ਡੇਲੀ ਰਿਪੋਰਟ ਪਰ ਕਲਿੱਕ ਕਰੋ ਲਿੰਕ ਉਪਰ ਕਲਿੱਕ ਕਰਨੇ ਪਰ ਤੁਸੇ ਇੱਕ ਪੇਜ ਜਨਿਆ ਨਜ਼ਰ ਆਉ ਕਲੈਂਡਰ ਕਨ ਅਤਰੀ ਚੁਨੋ ਤਰੀਖਤਾ ਚੈਨ ਕਰਨੇ ਪਰ ਰਾਜ ਦੀ ਸੂਚੀ ਇਹ ਨਜ਼ਰ ਆਉ ਸੂਚੀ ਸਮਾ ਰਾਜ ਦੇ ਨਾਮ ਦਾ ਚੈਨ ਕਰੋ ਇੱਥੇ ਉੱਤਰ ਪ੍ਰਦੇਸ਼ ਚੁਣਿਆ ਗਿਆ ਤੇ ਫਿਰ ਸਬਮਿਟ ਬਟਨ ਉੱਪਰ ਕਲਿੱਕ ਕਰੋ ਸਕਰੀਨ ਉੱਪਰ ਬਾਜ਼ਾਰਾਂ ਦੀ ਇੱਕ ਸੂਚੀ ਨਜ਼ਰ ਆਉ ਜਿਸ ਬਾਜ਼ਾਰ ਦੀ ਕੀਮਤ ਜਾਨਣਾ ਚਾਹੁੰਦੇ ਹੋ ਉਸ ਬਾਕਸ ਕੀ ਚੈੱਕ ਕਰੋ ਫਿਰ ਤੁਸੀਂ ਸਬਮਿਟ ਬਟਨ ਉੱਪਰ ਕਲਿੱਕ ਕਰੋ ਜੇਕਰ ਤੁਸੀਂ ਇੱਕ ਸਮਮਤੀ ਰਾਜੇ ਦਾ ਨਾਮ ਚੈਨ ਕਰਨਾ ਚਾਹੁੰਦੇ ਹੋ ਤਾਂ ਸੀਟੀ ਆਰ ਐਲ ਬਟਨ ਗਿਧਵਾਏ ਰੱਖਦੇ ਹੋਈ ਰਾਜੇ ਦੇ ਨਾਮ ਪਰ ਕਲਿੱਕ ਕਰੋ ਫੀ ਵੈਬਸਾਈਟ ਤੁਲ ਦੇ ਰਹੇ ਤਾਲੀਕੇ ਦੇ ਬਾਜ਼ਾਰੇ ਦੀ ਇੱਕ ਵਿਸਤ੍ਰਿਤ ਰਿਪੋਰਟ ਦੱਸੋ ਹੂੰ ਤੁਸੀਂ ਮੀਗੀ ਇਨਸਾਈਟ ਦਾ ਉਪਯੋਗ ਕਰੀਏ ਪੰਜਾਬ ਰਾਜ ਚ ਮੱਕੇ ਦੀ ਫਸਲ ਦਾ ਅਧਤਨ ਪਾਪਤਾ ਕਰੀਏ ਦੱਸੋ ਜਰੂਰ ਮੀਗੀ ਕੋਸ਼ਿਸ਼ ਕਰਨ ਦਿਓ ਬੜੀ ਖਰੀ ਗੱਲ ਹੈ ਹੁਣ ਤੁਸੀਂ ਸਿੱਖੀ ਲਿਆਤਾ ਜੇ ਫਸਲ ਬਾਜ਼ਾਰ ਚ ਅਧਿਵधिक ਪਾ ਕੀਆ ਪ੍ਰਾਪਤ ਕਰੋ ਤੁਸੀਂ ਵੈਬਸਾਈਟ ਉੱਪਰ ਉਪਲਬਧ ਦੋਹੇ ਵਿਕਲਪੇ ਦੀ ਤਲਾਸ਼ ਕਰ ਸਕਦੇ ਹੋ ਅੱਜਕਲ ਕਈ ਵੈਬਸਾਈਟ ਉਪਲਬਧ ਨੇ ਜਿੰਦੇ ਰਾਏ ਤੁਸੀਂ ਵਰਤਮਾਨ ਸਮੇ ਦੇ ਕਨੇ ਕਨੇ ਬੂਤਕਾਲ ਦੇ ਮੌਸਮ ਦੇ ਬਾਰੇ ਚ ਵੀ ਜਾਣਕਾਰੀਆਂ ਅਸਲ ਕਰ ਸਕਦੇ ਹੋ ਉੰਦੇ ਚ ਕੁਝ ਮਹੱਤਵਪੂਰਨ ਵੈਬਸਾਈਟਾਂ www.weatheronline.in ਤੇ www.weatherforecastmap.com ਭਾਰਤ ਦੇ ਭੂ ਵਿਗਿਆਨ ਮੰਤਰਾਲੇ ਦੇ ਅੰਤਰਗਤ ਆਉਣਿਆਲਾ ਮੌਸਮ ਵਿਗਿਆਨ ਵਿਭਾਗ ਮੌਸਮ ਸਰਵੰਧੀ ਪਰਵੇਖਸ਼ਣੇ ਤੇ ਮੌਸਮ ਦੀ ਭਵਿਸ਼ਵਾਨੀ ਦੇ ਲਈ ਜ਼ਿੰਮੇਵਾਰ ਹੈ। ਸੰਪੂਰਨ ਆਕੜੇ ਇਸ ਵੈਬਸਾਈਟ www.imd.gov.in ਉਪਲਬਧ ਹਨ। ਮੈਂ ਇਸ ਸਾਈਟ 'ਤੇ ਜਾਣਕਾਰੀ ਕਿੰਨਾਂ ਹਾਸਲ ਕਰ ਸਕਣਾ? ਆਸਾਨੀ ਕਰਨ ਹੈ। ਬਸ ਇਹਨੇ ਚਰਨੇ ਦਾ ਅਨੁਸਰਣ ਕਰੋ। ਪਹਿਲੇ ਐਡਰੈਸ ਬਾਰ ਚੋ ਵੈਬਸਾਈਟ ਦਾ ਨਾਮ ਲਿਖੋ। ਸਕਰੀਨ ਨਜ਼ਰ ਆਉ। ਜੇਕਰ ਤੁਸੀਂ ਹਿੰਦੀ ਪਾਸ਼ਾ 'ਚ ਦੇਖਣਾ ਚਾਹੁੰਦੇ ਹੋ ਤਾਂ ਪੇਜ ਉੱਪਰ ਸੱਜੇ ਬਕੀ ਨਜ਼ਰ ਆਵਰਦੇ ਹਿੰਦੀ ਲਿੰਕ 'ਤੇ ਕਲਿੱਕ ਕਰੋ। ਇੱਥੇ ਪੇਜ ਦੇ ਉੱਪਰ ਤੇ ਖੱਬੀ ਬਕੀ ਬਖ ਬਖ ਜਾਣਕਾਰੀਆਂ ਦਿੱਤੀ ਗਈਆਂ ਜਿਨ੍ਹਾਂ ਕੀ ਤੁਸੀਂ ਪ੍ਰਾਪਤ ਕਰ ਸਕਦੇ ਹੋ। ਮੌਸਮ ਦੇ ਬਾਰੇ ਵਿੱਚ ਜਾਣਨ ਦੇ ਲਈ ਇੰਡੀਆ ਵੈਦਰ ਲਿੰਕ ਉੱਪਰ ਕਲਿੱਕ ਕਰੋ ਤੇ ਤੁਸ ਵੈਬਸਾਈਟ www.indiaweather.gov.in ਉੱਪਰ ਪੜਤੀਏ ਨਿਰਦੇਸ਼ਿਤ ਕਰ ਦਿੱਤੇ ਜਾਗੇ। ਉਹਨ ਡਿਪਾਰਟਮੈਂਟਲ ਵੈਬਸਾਈਟ ਤੇ ਪਰ ਜਾਣ ਦੇ ਲਈ ਇਹਦੇ ਉੱਪਰ ਟੈਪ ਦਿਓ ਤੇ ਫੀ ਆਪਣੀ ਵਰਯਤਾ ਦੇ ਸ਼ਹਿਰ ਉੱਪਰ ਕਲਿੱਕ ਕਰੋ। ਤੁਸ ਸਰਬੰਵਿਤ ਵੈਬਸਾਈਟ ਉੱਪਰ ਪੜਤੀਏ ਨਿਰਦੇਸ਼ਿਤ ਹੋਈ ਜਾਗੇ। ਮਿਸਾਲ ਦੇ ਲਈ ਅਸੀਂ ਅੰਮਦਾਬਾਦ ਰਾਜ ਦਾ ਚੈਨ ਕਰ ਗਏ ਵੈਬਸਾਈਟ ਦੇ ਪੇਜ ਉੱਪਰ ਖੱਬੇ ਬਕੀ ਮੌਸਮ ਸੇਵਾएं ਜੀਆ ਮੌਨਸੂਨ ਸਥਾਨੀ ਮੌਸਮ ਦਾ ਭੂਰਵਾਨੁਮਾਨ ਬੰਦਰਗਾ ਤੇ ਮਛੂਾਰਾਂਗੀ ਚੇਤਾਵਨੀ ਸਪਤਾਹਿਕ ਮੌਸਮ ਰਿਪੋਰਟ ਤਸਦੀ ਹੁੰਦੀ ਹੈ ਤੇ ਮਤੀ ਜਾਣਕਾਰੀ ਦੇ ਲਈ ਸੰਬੰਧਿਤ ਲਿੰਕ ਉੱਪਰ ਕਲਿੱਕ ਕਰੋ ਰਾਜ ਵਿਆਪੀ ਮੌਸਮ ਦੀ ਜਾਣਕਾਰੀ ਲੈਣ ਦੇ ਲਈ ਸਟੇਟ ਫੋਰਕਾਸਟ ਲਿੰਕ ਉਪਰ ਕਲਿੱਕ ਕਰੋ ਇਸ ਹਫਤਾਹਿਕ ਮੌਸਮ ਦੀ ਰਿਪੋਰਟ ਡਾਊਨਲੋਡ ਕਰਨ ਦੇ ਲਈ ਵੀਕਲੀ ਵੈਦਰ ਰਿਪੋਰਟ ਉਪਰ ਕਲਿੱਕ ਕਰੋ ਹੁਣ ਤੁਸੀਂ ਮਿਗੀ ਇਸ ਵੈਬਸਾਈਟ ਦੇ ਚੇਨਈ ਦੇ ਅਗਲੇ ਮਹੀਨੇ ਦੇ ਮੌਸਮ ਦਾ ਪੂਰਵਨੁਮਾਨ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਪ੍ਰਯਾਸ ਕਰੀਏ ਦੱਸੋ ਆਹੋ ਮਿਗੀ ਕੋਸ਼ਿਸ਼ ਕਰਨ ਦਿਓ इसे चाली होम पेज पर दस्से गए भू विज्ञान मंत्रालय के अंतर्गत एक स्वायत्त संस्था भारतीय राष्ट्रीय महासागर सूचना सेवाएं केंद्र की वेबसाइट डब्ल्यू डब्ल्यू डॉट इनको डॉट जी डॉट इन जानकारी प्राप्त करने के बाद पहला एड्रेस बार चब्ल्यू डब्ल्यू डॉट इनको इस डॉट डॉट इन टाइप करो ए स्क्रीन ਨਜ਼ਰ ਆਉਂ। ਮੱਛਲੀ ਫਗੜਨੇ ਦੇ ਸੰਭਾਵਿਤ ਖੇਤਰੇ ਦੀ ਜਾਣਕਾਰੀ حاصل ਕਰਨ ਦੇ ਲਈ ਐਡਵਾਈਜ਼ਰੀ ਸਰਵਿਸਿਜ਼ ਖੰਡ ਦੇ ਅੰਦਰर्गत ਪੋਟੈਂਸ਼ੀਅਲ ਫਿਸ਼ਿੰਗ ਜ਼ੋਨ ਉੱਪਰ ਜਾਓ। ਤੱਟੀਅਕ ਖੇਤਰੇ ਦੇ ਪੂਰਵਨੁਮਾਨੀ ਤੂਪਨੇ ਦੇ ਲਈ ਐਡਵਾਈਜ਼ਰੀ ਸਰਵਿਸਿਜ਼ ਖੰਡ ਦੇ ਅੰਦਰर्गत ਓਸ਼ਨ ਸਟੇਟ ਫੋਰਕਾਸਟ ਉੱਪਰ ਜਾਓ। ਓ ਕਿਉਂ ਰਾਹੁਲ ਤੂੰ ਸੁੱਥੇ ਕੀ ਲੈ ਆਏ? वो दीदी मैं तुसे है, बड़ा ज़्यादा खुश हाँ मैं किस सहायता चाहना दीदी भला मैं इंटरनेट समा संबंधी जानकारियां हासिल कर सकना? बिल्कुल राहुल बस इस साइट पर जाओ ते इने का अनुसरण करो पहले वेबसाइट www.shiksha.com डब्ल्यू डॉट शिक्षा डॉट कॉम दिखो पेज ऊपर सारे शापर बख बक, बक टैब दिते गए संगत जानकारी हासिल करने माध्यम उन्ाध्यम जाओ। होम टैब च सर्च बार दी दीद संस्थान का या कोर्स का नदे बारे तुसें जानकारी हासिल करना चाहते हो एंटर करो करने के मुल्क अथवा विदेश की जानकारी तुप्पने लिए विकल्प जिया स्टडी इन इंडिया से स्टडी अब्रॉड दीते गए हैं एमबीए टैप च बख बख एमबीए कोर्सें ਇਸ ਸੰਸਥਾਨੇ ਦੇ ਬਾਰੇ ਚ ਜਾਣਕਾਰੀ ਦਿੱਤੀ ਗਈ ਹੈ। ਤੁਸ ਖਾਸ ਕੋਰਸ ਪ੍ਰਸਤਾਬਿਤ ਕਰਨਯਾਲੇ ਜਾਂ ਵਿਸ਼ਿਸ਼ ਪ੍ਰੀਖਿਆ ਕੀ ਸਵੀਕਾਰ ਕਰਨਯਾਲੇ ਸੰਸਥਾਨੇ ਦੀ ਸੂਚੀ ਢਿੱਕੀ ਸਕਦੇ ਹੋ। 12ਵੀਂ ਮਗਰਾ ਟੈਪ ਚ 12ਵੀਂ ਕਲਾਸ ਪਾਸ ਕਰਨ ਦੇ ਮਗਰਾ ਕਿੱਥੇ ਜਾਇ ਸਕਣਯਾਲੇ ਬਖ ਬਖ ਕੋਰਸ ਦੀ ਜਾਣਕਾਰੀ ਉਪਲਬਧ ਹੈ। ਮਤੀ ਜਾਣਕਾਰੀ ਦੇ ਲਈ ਸਰਵਨਿਤ ਲਿੰਕ ਉਪਰ ਕਲਿੱਕ ਕਰੋ। ਕੈਰੀਅਰ ਸੈਂਟਰਲ ਟੈਬ ਤੁੰਦੇ ਰਾਏ ਚੁਨੇ ਜਾ ਸਕਨੇ ਵਾਲੇ ਬਖ ਬਖ ਖੇਤਰੇ ਤੇ ਕੋਰਸੇ ਦੀ ਜਾਣਕਾਰੀ ਉਪਲਬਧ ਕਰਾਂਦਾ ਹੈ ਟਾਪ ਇੰਸਟੀਚਿਊਟ ਟੈਬ ਦਾ ਪ੍ਰਯੋਗ ਕਰੀਏ ਤੁਸ ਬਖ ਬਖ ਖੇਤਰੇ ਜੀਆਂ ਐਮ ਬੀ ਏ ਬੀ ਈ ਬੀ ਟੈਕ ਜਾਂ ਐਲ ਐਲ ਬੀ ਦੇ ਸ੍ਰੇਸ਼ਟ ਸੰਸਥਾਨੇ ਦੀ ਖੋਜ ਕਰ ਸਕਦੇ ਹੋ ਹੋਮ ਪੇਜ ਤੇ ਤਾਲ ਉੱਪਰ खंडे, कैरियर ऑप्शन टेस्ट प्रेपरेशन आर्टिकल्स आर टूल्स के अंदर बख बक लिंक दे गए दिन मती जानकारी संबंधित लिंक ऊपर क्लिक करो उन तुस मिगी शिक्षा वेबसाइट का करिए बैंगलोर आर्किटेक्चर कोर्सिंग तुप्पने का प्रयास करिए दसो बिल्कुल मिगी कोशिश कर ਅੱਜਕੱਲ ਮਤੀ ਸਾਰੀ ਨਈ ਵੈਬਸਾਈਟਾਂ ਮੌਜੂਦ ਜਿਹੜੀਆਂ ਨੌਕਰੀ ਤੇ ਕੈਰੀਅਰ ਸਰਵੰਦੀ ਦੋਈ ਸੂਚਨਾ ਉਪਲਬਧ ਕਰਾਉਂਦੀਆਂ ਮਿਸਾਲ ਦੇ ਤੌਰ ਉਪਰ ਇਹ ਵੈਬਸਾਈਟਾਂ www.employmentnews.com www.naukri.com ਤੇ www.timesjob.com वेबसाइटਾਂ ਉਪਲਬਧ ਹਨ ਜਿਹੜੀਆਂ ਛੜੀਆਂ ਗ੍ਰਾਮੀਣ ਬਾਜ਼ਾਰਾਂ ਦੀ ਹੈ ਸੂਚਨਾ ਉਪਲਬਧ ਕਰਾਂਵੀਆਂ gwwwwwruralnakari.com ਆਪਣੇ ਵੈਬ ਬ੍ਰਾਊਜ਼ਰ ਦੇ ਐਡਰੈਸ ਬਾਰ ਚ wwwemploymentnews.com ਟਾਈਪ ਕਰੋ ਹੋਮ ਪੇਜ ਉੱਪਰ ਮਹੱਤਵਪੂਰਨ ਸੂਚਨਾ ਤੇ ਲਿੰਕੇ ਕਨਯੁਕਤ ਮਤੇ ਸਾਰੇ ਖੰਡ ਨਜ਼ਰੀਆਂ ਨੂੰ ਆਪਣੇ ਕਿਨੇ ਸਰਬੰਧਿਤ ਕੁਸੇ ਲਿੰਕ ਦੇ ਬਾਰੇ ਚ ਹੋਰ ਮਤਾ ਪੜਨੇ ਦੇ ਲਈ ਉਹਦੇ ਉਪਰ ਕਲਿੱਕ ਕਰੋ ਬਖ ਬਖ ਕਾਲਜ ਤੇ ਯੂਨੀਵਰਸਿਟੀ ਰਾਂ ਲਾਤੀਗਦੀ ਪ੍ਰੀਖਿਆ ਦੇ ਪ੍ਰੀਨਾਮ ਤੇ ਦਾਖਲੇ ਦੀ ਸਾਰਣੀ ਦੇਖਣ ਦੇ ਲਈ ਐਡਮਿਸ਼ਨ ਤੇ ਰਿਜ਼ਲਟ ਉਪਰ ਜਾਓ ਕੈਰੀਅਰ ਸਰਬੰਧੀ ਬਖ ਬਖ ਸੂਚਨਾ ਪ੍ਰਾਪਤ ਕਰਨ ਦੇ ਲਈ ਕੈਰੀਅਰ ਲਿੰਕਸ ਉਪਰ ਜਾਓ ਜਿੱਥੇ ਸੈਕਸ਼ਨਿਕ ਵਿਮਾਨਨ ਬੈਂਕਿੰਗ ਸਿਵਲ ਸੇਵਾ ਰੱਖਿਆ ਇੰਜੀਨੀਅਰਿੰਗ ਕਨ ਸਰਬੰਧਿਤ ਮਹੱਤਵਪੂਰਨ ਲਿੰਕ ਦਿੱਤੇ ਗੇ ਰਹੇਨ एम्प्लायमेंट न्यूज रोजगार समाचार का ग्राहक बनने दे होम दे उपर, कोने उपर, दित्ते के लिए होमपेजर स लिंक पर ते लिस्ट च दे आवश्यक पदे का पालन करो तुम ई वर्जन टैब पर जाइए यूजर ते पासवर्ड का प्रयोग करिए एम्प्लायमेंट न्यूज रोजगार समाचार का ई संस्करण हासिल कर सकते हो मिगी एम्प्लायमेंट न्यूज़ वेबसाइट का प्रयोग करते हुए नमी समा नमी नौकरी तुपिए दसो हाँ मैं पूरा विश्वास है जे मैं करी एच टी टीपी डब्ल्यू 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 डॉट एम्प्लायमेंट न्यूज़ डॉट जीओवी डॉट इन टू स्क्रॉल टू फाइंड इंफॉर्मेशन रिलेटेड टू लेटेस्ट गौरमेंट जाब्स इस चाली तुम वैबसाइट च दू ਮਹੱਤਵਪੂਰਨ ਵਿਸ਼ੇਸ਼ਤਾਆਂ ਦਾ ਆਪ੍ਰਯੋਗ ਕਰ ਸਕਦੇ ਹੋ ਤੇ ਜ਼ਰੂਰਤ ਵਾਲੀ ਜਾਣਕਾਰੀਆਂ ਅਸਲ ਕਰ। ਮੈਂ ਦੱਸਨੀਆ ਜੇ ਤੁਸ नौकरी.com ਸਾਈਟ ਦਾ ਪ੍ਰਯੋਗ ਕੀਆ ਕਰ ਸਕਦੇ ਹੋ। ਪਹਿਲੇ ਐਡਰੈਸ ਬਾਰ ਚ www.naukri.com ਟਾਈਪ ਕਰੋ। ਤੁਸ ਵਾਂਚਿਤ ਨੌਕਰੀ ਕੀ ਪਦਨਾਮ, ਹੁਨਰ, ਥਾਤ ਨੌਕਰੀ ਦੀ ਸ਼੍ਰੇਣੀ ਤੇ ਇਤਿਆਸ਼ਿਤ ਵੇਤਨ ਦੇ ਆਧਾਰ ਉਪਰ ਤੁਪੀ ਸਕਦੇ ਹੋ। ਤੁਸ ਨੌਕਰੀ ਧੁਪਨੇ ਦੇ ਲਈ ਹੋਮ ਪੇਜ ਇੱਕ ਦਸਤਿਗਰੀ ਬਖਵਕ ਪદ્ધਤੀ ਦਾ ਪ੍ਰਯੋਗ ਕਰ ਸਕਦੇ ਹੋ ਜਿਹੜੀਆਂ ਕਿ 8 ਦਸਿਆਗੇਵੀਆਂ ਜੇਕਰ ਤੁਸ ਨਿਯੋਗਤਤਾ ਹੈਗੀ ਤੂੰ ਪਰਦੇਓ ਤਾਂ ਰਿਕਰੂਟਰਸ ਬਟਨ ਉੱਪਰ ਜਾਓ ਮਤੀ ਪਰਿਸ਼ਕ੍ਰਿਤ ਖੋਜ ਦੇ ਲਈ ਫਿਲਟਰ ਦਾ ਪ੍ਰਯੋਗ ਕਰੋ ਜੇਕਰ ਤੁਸ ਆਪਣਾ ਬਾਇਓ ਡਾਟਾ ਪੋਸਟ ਕਰਨਾ ਚਾਹਦੇ ਹੋ ਤਾਂ ਹੋਮ ਪੇਜ ਪੋਸਟ ਰੈਜ਼ਿਊਮ ਟੈਬ ਉੱਪਰ ਜਾਓ ਤੇ ਵਾਂਚਿਤ ਸੂਚਨਾ ਭਰੋ ਤੇ ਆਪਣਾ ਰੈਜ਼ਿਊਮ ਅਪਲੋਡ ਕਰੋ ਜੇਕਰ ਤੁਸ ਲੌਗਇਨ ਅਥਵਾ ਪੰਜੀਕ੍ਰਿਤ ਕਰਾਣਾ ਚਾਹੁੰਦੇ ਹੋ ਤਾਂ ਜੌਬ ਸੀਕਰ ਲੌਗਇਨ ਟੈਬ ਉੱਪਰ ਜਾਓ ਤੇ ਲੌਗਇਨ ਕਰੋ ਵੈਬਸਾਈਟ ਦੀ ਦੂਈ ਵਿਸ਼ੇਸ਼ਤਾਵਾਂ ਜਿਵੇਂ ਬਾਇ ਡਾਟਾ ਲਿਖਣਾ ਪ੍ਰੋਫਾਈਲ ਬ੍ਰਿਧੀ ਰਿਕਰੂਟਰ ਰੀਚ ਜਾਂ ਕੈਰੀਅਰ ਐਡਵਾਈਸ ਦੇ ਲਈ ਫਾਸਟ ਫਾਰਵਰਡ ਟੈਬ ਉੱਪਰ ਜਾਓ ਸਿੱਖਿਆ ਸਰਵੰਦੀ ਬਖਬਖ ਜਾਣਕਾਰੀ ਹੀ ਹਾਸਲ ਕਰਨ ਦੇ ਲਈ ਟੈਬ ਉੱਪਰ ਜਾਓ ਇਹ ਹਿੱਸਾ ਪਰ ਦੇ ਕੰਨੇ ਕੰਨੇ ਵਿਦੇਸ਼ੀ ਦੇ ਬਖਬਖ ਕੋਰਸਾਂ ਤੇ ਕਾਲਜੇ ਦੀ ਜਾਣਕਾਰੀ ਰੱਖਦਾ ਹੈ वैबसाइट डब्ल्यू दे डब्ल्यू रूरल नौकरी डाट कॉम दे राय नौकरी तुपनेटैप वन वैबसाइट पर जाओ नौकरी खुलने दी सूचना ईमेल के प्राप्त करने दे ले। टैब दा प्रयोग दियो ही अपने की पंजीकृत कराओ जेकर तुस पंजीकृत कराई चुके दे हो, ता अपने यूजर नेम ते पासवर्ड दा प्रयोग कर वेबसाइट च खब्बे बखी दे गए मेंबर लॉग इन च लाग इन करो ਜਾਰੀ ਹੋਣ ਵਾਲੀ ਨਮੀ ਨਮੀ ਨੌਕਰੀਆਂ ਦੇ ਵਿਵਰਣ ਜਾਣਨੇ ਦੇ ਲਈ ਵਾਕੈਂਸੀਸ ਟੈਬ ਉੱਪਰ ਜਾਓ ਜਿੱਥੇ ਨੌਕਰੀ ਦਾ ਪਦ ਸੰਸਥਾ ਤੇ ਸਥਾਨ ਅੰਕਿਤੋ ਕੈਰੀਅਰ ਅਥਵਾ కృਤ੍ਰਿਮ ਸਾਖਸ਼ਾਤਕਰ परामर्श ਤੇ ਰਜ਼ਿਊਮ ਦੇ ਵਿਗਿਆਪਨ ਸਰਵੰਧੀ ਬਖ ਬਖ ਸੇਵਾਏ ਤੋਂ ਰੀ ਪੁੱਝਣ ਦੇ ਲਈ ਵੈਬਸਾਈਟ ਦੇ ਸੱਜੇ ਵਖੀ EMPLOYEES SERVICES ਸੈਕਸ਼ਨ ਉੱਪਰ ਜਾਓ उन वेबसाइट डब्ल्यू डॉट कॉम का प्रयोग करते हुए कंप्यूटर ऑपरेटर की नौकरी मुंबई चुपो स्टेप वन ओपन एच डी टी पी डब्ल्यू 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 नाकरी डॉट कॉम स्टैप टू इन कीवर्ड फील्ड एंटर कंप्यूटर ऑपरेटर एंड इन द लोकेशन फील्ड एंटर मुंबई हून पूरा विश्वास है जो तुम इंटरनेट कृषि गीता क्या मैं इंटरनेट दे अपना बिजली टेलीफोन का बिल भरी स बिल्कुल इससे चाली दे बिल तुस इंटरनेट दे भरी सद मैं दसनी हूँ कि भरी सकते हो उपयोगी सेवा जिया बिजली पानीस फोन और सेवा उत्पादन वितरण स्थापित करना बड़ा खर्चीला होता है ਅੱਜਕਲ੍ਹ ਦੁਨੀਆ ਪਾਰੇ ਚ ਮਤੀ ਸਾਰੀ ਏਜੰਸੀਆਂ ਪੇਪਰ ਦੇ ਬਗੈਰ ਬਿਲਿੰਗ ਤੇ ਇਲੈਕਟ੍ਰੋਨਿਕ ਭੁਗਤਾਨ ਦੀ ਸੁਵਿਧਾ ਉਪਲਬਧ ਕਰਾਉਂਦੀਆਂ। ਇਹ ਦਿਨ ਜੀਵਨ ਕੀ ਬੜਾ ਗੈਸੋਖਾ ਬਣਾਈ ਦਿੱਤਾ ਗਿਆ ਹੈ ਕਿ ਜੇ ਕੋਈ ਚਾ ਆਫਿਸ ਚ ਹੋਇਆ ਜਾਂ ਕਰਜ ਬਿੱਲ ਦਾ ਭੁਗਤਾਨ ਆਨਲਾਈਨ ਕਰ ਸਕਦਾ ਹੈ। ਇਲੈਕਟ੍ਰੋਨਿਕ ਭੁਗਤਾਨ ਕਰਨ ਦੇ ਕਿਸ਼ ਫਾਇਦੇ ਇਸ ਚਾਲਿਨ ਯਾਤਰਾ ਤੇ ਲੰਬੀ ਲਾਇਨ ਦੇ ਸਮੇਂ ਦੀ ਬਚਤ ਹੁੰਦੀ ਹੈ। ਬਿੱਲ ਖੋਣ ਦੀ ਕੋਈ ਸੰਭਾਵਨਾ ਨਹੀਂ ਰਹੁੰਦੀ ਹੈ। ਸਹੀ ਤੇ ਤਿਆ ਸਮੇਂ ਪਰ ਭੁਗਤਾਨ ਕੀਤਾ ਜਾ ਸਕਦਾ ਹੈ ਪੂਰੇ 24 ਘੰਟੇ ਭੁਗਤਾਨ ਕੀਤਾ ਜਾ ਸਕਦਾ ਹੈ ਭੁਗਤਾਨ ਕਰਨ ਸਮੇਂ ਪਹਿਲੇ ਬਿੱਲ ਰਾਸ਼ੀ ਜ਼ਰੂਰ ਜਾਂਚੋ ਜ਼ਿਆਦਾਤਰ ਬਿਜਲੀ ਵਿਤਰਨ ਕੰਪਨੀ ਦੇ ਕੋਲ ਬਿੱਲੇ ਦਾ ਭੁਗਤਾਨ ਆਨਲਾਈਨ ਅਸਲ ਕਰਨ ਦੀ ਸੁਵਿਧਾ ਹੈ ਉਦਾਹਰਨ ਲਈ ਜੇਕਰ ਤੁਸੀਂ ਦਿੱਲੀ ਚ ਰਵਾਰਦੇ ਹੋ ਤੇ BSFES ਰਾਜਧਾਨੀ ਤੁੰਦੇ ਕਹ ਰਚ ਬਿਜਲੀ ਸਪਲਾਈ ਕਰਾਰਦੀ ਹੈ ਤਾਂ ਤੁਸੀਂ BSES ਰਾਜਧਾਨੀ ਦੀ ਵੈਬਸਾਈਟ ਉੱਪਰ ਜਾਈ ਹੈ ਆਨਲਾਈਨ ਬਿੱਲ ਦਾ ਭੁਗਤਾਨ ਕਰ ਸਕਦੇ ਹੋ ESB ਨਾਲ ਸਬੰਧਿਤ ਬਿਜਲੀ ਵਿਤਰਣ ਕੰਪਨੀ ਦੀ ਵੈਬਸਾਈਟ ਉੱਪਰ ਜਾਈ ਹੈ ਤੁਸੀਂ ਆਪਣੇ ਬਿਜਲੀ ਬਿੱਲ ਦਾ ਭੁਗਤਾਨ ਕਰ ਸਕਦੇ ਹੋ ਭਾਰਤੀ ਦੀਆਂ ਵੱਡੀਆਂ ਬਿਜਲੀ ਵਿਤਰਣ ਕੰਪਨੀਆਂ ਇਸ ਚਾਰੀ चलो हूं मैं तुस दस जीएसईएस दिल्ली ऑनलाइन बिजली दे बिल का भुगतान किया कर सकते हो पहले बीएसईएस दिल्ली की वेबसाइट www.bsesdelhi.com ऊपर जाओ दिल्ली डॉट कॉम ऊपर जाओ ते पेमेंट ऑप्शन भुगतान करने दे लिए डेबिट कार्ड क्रेडिट कार्ड नेट बैंकिंग का चयन करो निर्देशों ध्यानपूर्वक पढ़ो पे नॉ पर क्लिक करो हूं दी गई थर पर अपना सीए नंबर भरो तुम अपना सीए नंबर अपने बिजली के बिल दे कागज़ दी कापी दे सजे हत्थ दे ऊपरी कंडे पर दिखी सकदे हो फी गो बटन ऊपर क्लिक करो उन भुगतान पृष्ठ नजर आओ भुगतान दे ढंग या डेबिट कार्ड या क्रेडिट कार्ड दा चयन करो जेले तुस चयन करी लाओ। ता भुगतान प्रक्रिया दा अनुसरण करो दीदी दी ਹਾਂ ਅਸ ਮੋਬਾਈਲ ਫੋਨ ਕੀ ਬੀ ਆਨਲਾਈਨ ਰੀਚਾਰਜ ਕਰ ਸਕਨੇ ਆ ਹਾਂ ਜ਼ਰੂਰ ਇਹ ਕਰਨ ਦੇ ਲਈ ਆਪਣੇ ਪ੍ਰੀपेड ਮੋਬਾਈਲ ਦੀ ਰੀਚਾਰਜ ਕਰਨ ਦੇ ਲਈ ਬਸ ਇਹ ਲਿਖੇ ਦੇ ਪਦ ਦੇ ਅਨੁਸਾਰਨ ਕਰੋ ਪਹਿਲੇ ਰੀਚਾਰਜ ਇਟ ਨੋ ਵੈਬਸਾਈਟ ਉਪਰ ਜਾਓ ਉਨ ਮੋਬਾਈਲ ਵਿਕਲਪ ਉਪਰ ਕਲਿੱਕ ਕਰੋ ਤੇ ਫੀ ਉਪਲਬਧ ਵਿਕਲਪੇ ਜਾ ਸੇਵਾ ਪ੍ਰਦਾਤਾ ਦਾ ਚੈਨ ਕਰੋ ਇਹਦੇ ਮਗਰ ਆਪਣਾ ਮੋਬਾਈਲ ਨੰਬਰ ਲਿਖੋ ਤੇ ਕੰਟੀਨਿਊ ਬਟਨ ਦਬਾਓ ਉਨ 2 ਵਿਕਲਪ ਵਿੱਚੋਂ ਆਪਣੇ ਪਲਾਨ ਦੇ ਮੁਤਾਬਕ ਦਾ ਚੈਨ ਕਰੋ ਤੇ ਫਿਰ ਰੀਚਾਰਜ ਰਕਮ ਦੀ ਪਰੋ ਤੇ ਫਿਰ ਕੰਟੀਨਿਊ ਬਟਨ ਉੱਪਰ ਕਲਿੱਕ ਕਰੋ ਉਨ ਤੁਹਾਡੇ ਮੋਬਾਈਲ ਨੰਬਰ ਉੱਪਰ ਸਰਵੰਧੀਤ ਜਾਣਕਾਰੀ ਨਜ਼ਰ ਆਓ ਇਹਦੀ ਪੁਸ਼ਟੀ ਕਰੋ ਤੇ ਤ੍ਰੈ ਵਿਕਲਪ ਵਿੱਚੋਂ ਕੋਈ ਇੱਕ ਵਿਕਲਪ ਚੈਨ ਕਰੋ ਜੇਕਰ ਤੁਸੀਂ ਪंजीकृत ਉਪਭੋਗਤਾ ਹੋ ਤੇ ਪंजीकरण ਨਹੀਂ ਕਰਨਾ ਚਾਹੁੰਦੇ ਹੋ ਤਾਂ ਕੰਟੀਨਿਊ ਐਸ ਗੈਸਟ ਵਿਕਲਪ 'ਤੇ ਦਬਾਓ ਜੇਕਰ ਤੁਸੀਂ ਪंजीकृत ਉਪਭੋਗਤਾ ਹੋ साइन इन बटन दबाओ जु पंजीकृत उपभोक्ता नहीं आओ, पर अपना पंजीकरण कराना चाहते हो रजिस्टर बटन दबाओ जु कंटिन्यू एज गेस्ट बटन दियो, ता, ता ने स्क्रीन नजर आओ उन अपनी जानकारी दर्ज करो, ते सबमिट बटन दबाओ उन भुगतान विकल्प एक का चयन करो ਕੁਸੇ ਇੱਕ ਵਿਕਲਪ ਉਪਰ ਚੋਣ ਕਰਨ ਦੇ ਮਗਰਾਂ ਬੈਂਕ ਦੀ ਸੂਚੀ ਆਲਾ ਇੱਕ ਡ੍ਰੌਪਡਾਊਨ ਬਾਕਸ ਨਜ਼ਰ ਆਉ। ਉਪਰਯੁਕਤ ਬੈਂਕ ਦਾ ਚੋਣ ਕਰੋ ਤੇ ਕੰਟੀਨਿਊ ਬਟਨ ਦਬਾਓ। ਉਹਨ ਭੁਗਤਾਨ ਦਾ ਸਾਰਾਂਸ਼ ਨਜ਼ਰ ਆਉ। ਪੁਸ਼ਟੀ ਕਰਨ ਦੇ ਮਗਰਾਂ ਪ੍ਰੋਸੀਡ ਬਟਨ ਦਬਾਓ। ਹੁਣ ਤੁਸੀਂ ਆਪਣੇ ਰਾਏ ਚੁਣੇਗੇ ਦੇ ਬੈਂਕ ਦੇ ਪੇਮੈਂਟ ਗੇਟਵੇ ਉਪਰ ਪੜਤੀਏ ਨਿਰਦੇਸ਼ਿਤ ਕਰ ਦਿੱਤੇ ਜਾਗੇ। ਆਪਣਾ ਯੂਜ਼ਰ ਨਾਮ ਤੇ ਪਾਸਵਰਡ ਦਾ ਪ੍ਰਯੋਗ ਕਰੀਏ ਜ਼ਰੂਰੀ ਰਾਸ਼ੀ ਦਾ ਭੁਗਤਾਨ ਕਰੋ ਦੀਦੀ ਅਸ ਪੋਸਟਪੇਡ ਮੋਬਾਈਲ ਦਾ ਬਿੱਲ ਕਿਹਾ ਭਰ ਸਕਨੇ ਆ ਅਸ Paytm ਵੈਬਸਾਈਟ ਦਾ ਪ੍ਰਯੋਗ ਕਰੀਏ ਪੋਸਟਪੇਡ ਮੋਬਾਈਲ ਦਾ ਬਿੱਲ ਭਰ ਸਕਨੇ ਆ ਬਸ ਇਹਨੇ ਪਦ ਦਾ ਅਨੁਸਰਣ ਕਰੋ ਪਹਿਲੇ Paytm ਵੈਬਸਾਈਟ ਉੱਪਰ ਜਾਓ ਉਨ ਬਿੱਲ ਪੇਮੈਂਟ ਟੈਬ ਉੱਪਰ ਜਾਓ ਤੇ ਆਪਣੇ ਪੋਸਟਪੇਡ ਮੋਬਾਈਲ ਦਾ ਬਿੱਲ ਭਰਨੇ ਦੇ ਲਈ ਮੋਬਾਈਲ ਬਟਨ ਉੱਪਰ ਕਲਿੱਕ ਕਰੋ ਇੱਥੇ तुस अपना मोबाइल नंबर भरो अपना ऑपरेटर चुनो बिल दी राशि दर्ज करो। ओदे मगरा प्रोसीड प्रोसीीडर क्लिक करो हुन तुंदे भुगतान दा संक्षिप्त ब्यौरा प्रदर्शित हो प्रोसीड टू पे बटन क्लिक करो हूं पेटीएम साइन इन करो जेकर तुस नमें हो, ता अपना अकाउंट बनाओ ते फी अपना ईमेल आईडी या मोबाइल नंबर से पेटीएम पासवर्ड का प्रयोग करिए साइन इन करो उन स्क्रीन पर खबे बखी दे गए एक का प्रयोग करते हुए भुगतान करो उन तुस भुगतान पूर्ण कर लैगे तुस कामयाबी अपना मोबाइल रिचार्ज कर लैगे गीता क्या केबल टीवी दे बिल दा भुगतान भी करी सकने हा। हाँ चाचा तुस कर सकते हो तुसे ही दसनी जे तुस रिचार्ज इट नो वेबसाइट दी बरतून कर डीटीएच की कि रिचार्ज कर सकते हो पहले डब्ल्यूडब्ल्यूडब्ल्यू रिचार्ज इट नॉ डॉटकॉम वैबसाइट पर जाओ इथे ऑनलाइन रिचार्ज सेक्शन दे तहत त्रै विकल्प लभगन अपना डीटीएच रिचार्ज करने डीटीएच बटन पर क्लिक करो फी अपने सर्विस प्रदाता दा ना लिखो। मनीलाओ जे असे सर्विस प्रदाता दे रूप टाटा स्काई दा चयन किए हूँ अपना उपभोक्ता आईडी नंबर दर्ज करो ते कंटिन्यू बटन ऊपर क्लिक करो उन टाटा स्काई प्लान दी सारणी नजर आओ विशेष पैक सक्रिय करने दे ले। रिचार्ज राशि दर्ज करो ते फी कंटिन्यू बटन गी दबाओ हून डीटीएच संबंधित जानकारी नज़र आओ ਇਹਦੀ ਪੁਸ਼ਟੀ ਕਰੋ ਤੇ ਉਪਲਬਧ ਤਿੰਨ ਵਿਕਲਪਾਂ 'ਚੋਂ ਕੋਸੇ ਇੱਕ ਵਿਕਲਪ ਦੀ ਚੁਣੋ ਜੇਕਰ ਤੁਸੀਂ ਪंजीकृत ਉਪਭੋਗਤਾ ਹੋ ਤੇ ਪंजीकृत ਨਹੀਂ ਕਰਨਾ ਚਾਹੁੰਦੇ ਹੋ ਤਾਂ ਕੰਟੀਨਿਊ ਐਜ਼ ਗੈਸਟ ਵਿਕਲਪ ਦੀ ਚੁਣੋ ਜੇਕਰ ਤੁਸੀਂ ਪंजीकृत ਉਪਭੋਗਤਾ ਹੋ ਤਾਂ ਸਾਈਨ ਇਨ ਬਟਨ ਦਬਾਓ ਜੇਕਰ ਤੁਸੀਂ ਪंजीकृत ਉਪਭੋਗਤਾ ਨਹੀਂ ਹੋ ਪਰ ਆਪਣਾ ਪंजीकरण ਕਰਨਾ ਚਾਹੁੰਦੇ ਹੋ ਤਾਂ ਰਜਿਸਟਰ ਬਟਨ 'ਤੇ ਦਬਾਓ ਜੇਕਰ ਤੁਸੀਂ ਕੰਟੀਨਿਊ ਐਸ ਗੈਸਟਰ ਬਟਨ ਦਬਾਉਂਦੇ ਹੋ ਤਾਂ ਨੇੜੇ ਸਕਰੀਨ ਨਜ਼ਰ ਆਉ। ਉਨ ਆਪਣੀ ਜਾਣਕਾਰੀ ਦਰਜ ਕਰੋ ਤੇ ਸਬਮਿਟ ਬਟਨ ਦਬਾਓ। ਉਨ ਭੁਗਤਾਨ ਦੇ ਵਿਕਲਪੇ ਚਾ ਇੱਕ ਦਾ ਚੈਨ ਕਰੋ। ਕੁਝ ਇੱਕ ਵਿਕਲਪ ਉਪਰ ਚੈਨ ਕਰਨ ਦੇ ਮਗਰਾਂ ਬੈਂਕਾਂ ਦੀ ਸੂਚੀ ਵਾਲਾ ਇੱਕ ਡ੍ਰੌਪਡਾਉਨ ਬਾਕਸ ਨਜ਼ਰ ਆਉ। ਉਪਰਯੁਕਤ ਬੈਂਕ ਦਾ ਚੈਨ ਕਰੋ ਤੇ ਕੰਟੀਨਿਊ ਬਟਨ ਕੀ ਦਬਾਓ। ਉਨ ਭੁਗਤਾਨ ਦਾ ਸਾਰਾਂਸ਼ ਨਜ਼ਰ ਆਉ। ਪੁਸ਼ਟੀ ਕਰਨ ਦੇ ਮਗਰਾ ਪ੍ਰੋਸੀਡ ਬਟਨ ਦਬਾਓ ਹੁਣ ਤੁਸ ਆਪਣੇ ਰਾਏ ਚੁਣੇ ਗਏ ਦੇ ਬੈਂਕ ਦੇ ਪੇਮੈਂਟ ਗੇਟਵੇ ਉੱਪਰ ਪਰਤੀ ਹੈ ਨਜ਼ਰ ਆਉਗੇ ਆਪਣਾ ਯੂਜ਼ਰ ਨਾਮ ਤੇ ਪਾਸਵਰਡ ਦਾ ਪ੍ਰਯੋਗ ਕਰੀਏ ਲੋੜ ਦੀ ਰਾਸ਼ੀ ਦਾ ਭੁਗਤਾਨ ਕਰੋ ਮੇਰੇ ਵਿਸ਼ਵਾਸ ਹੈ ਜੇ ਹੁਣ ਤੁਸੀਂ ਲੋਕਾਂ ਲਈ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਤੇ ਮੋਬਾਈਲ ਫੋਨ ਤੇ ਕੇਵਲ ਟੀਵੀ ਨੈਟਵਰਕ ਰਿਚਾਰਜ ਕਰਨਾ ਸੌਖਾ ਹੋ ਬੇਸ਼ੱਕ ਦੀਦੀ ਇਹ ਤੇ ਬੜਾ ਉਪਯੋਗੀ ਹੈ। ਆਹੋ ਗੀਤਾ ਇਹ ਜਾਣਕਾਰੀ ਪੱਕ ਹੈ ਸਾਡਾ ਬੜਾ ਸਮਾਂ ਬਚਾ ਗ। ਇਹ ਤੇ ਬੜਾ ਖਰਾ ਹੈ। ਚਲੋ ਹੁਣ ਦੁਹਰਾਣੇ ਦੇ ਲਈ ਇਸ ਘਟਿ ਵੀ ਦਿਚੂ ਇਸ ਲੈਨੇ ਆ। ਗੀਤਾ, ਕੀ ਤੂੰ ਸੁਮੇ ਕੀ ਦੱਸ ਸਕਦੀ ਆਂ ਜੇ ਰੇਲ ਗੱਡੀ ਤੇ ਬੱਸਾਂ ਦੀ ਟਿਕਟਾਂ ਦਾ ਆਨਲਾਈਨ ਰਿਜ਼ਰਵੇਸ਼ਨ ਕਿੰਝ ਹੁੰਦਾ? ਬਿਲਕੁਲ ਚਾਚਾ ਹੁਣ ਤੁਸੀਂ ਕੀ ਟ੍ਰੇਨ ਟਿਕਟ ਬੁੱਕ ਕਰਾਣੇ ਦੇ ਲਈ ਕੈਂਟੇ ਲਾਈਨ ਚ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਵੈਬਸਾਈਟ ਦੇ ਮਾਧਿਅਮ ਕੰਨ ਹੈ ਆਨਲਾਈਨ ਟ੍ਰੇਨ ਟਿਕਟੇ ਦਾ ਆਰਕਸ਼ਨ ਕਰਾਇਆ ਜਾ ਸਕਦਾ ਹੈ ਪਹਿਲੇ ਵੈਬ ਬ੍ਰਾਊਜ਼ਰ ਖੋਲੋ ਤੇ ਫਿਰ ਐਡਰੈਸ ਬਾਰ ਚ ਟਾਈਪ www.irctc.co.in ਟਾਈਪ ਕਰੋ ਦਿੱਤੀ ਗਈ ਥਾਰ ਉੱਪਰ ਆਪਣਾ ਯੂਜ਼ਰ ਨਾਮ ਤੇ ਪਾਸਵਰਡ ਲਿਖੋ ਤੇ ਲੌਗਇਨ ਕਰੋ ਨੋਟ ਜੇਕਰ ਤੁਸੀਂ ਵਰਤਮਾਨ ਚ ਉਪਯੋਗ ਕਰਤਾ ਨਹੀਂ ਆਓ ਤਾਂ ਸਾਈਨ ਅਪ ਲਿੰਕ ਚ ਜਾਓ ਤੇ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਦਰਜ ਕਰੋ ਇੱਕ ਵਾਰੀ ਤੁਸੀਂ ਲੌਗਇਨ ਕਰ ਲਗੇ ਤਾਂ ਇੱਕ ਪੇਜ ਨਜ਼ਰ ਆਊ ਆਪਣਾ ਟਿਕਟ ਬੁੱਕ ਕਰਾਉਣ ਦੇ ਲਈ ਪਲਾਨ ਮਾਈ ਟ੍ਰੈਵਲ ਸੈਕਸ਼ਨ ਚੋਂ ਫ੍ਰੌਮ ਡ੍ਰੌਪਡਾਊਨ ਵਿਕਲਪ ਉੱਪਰ ਕਲਿੱਕ ਕਰੋ ਜਿੱਥੇ ਤੁਸੀਂਗੀ ਯਾਤਰਾ ਸ਼ੁਰੂ ਕਰਨ ਵਾਲੇ ਸਟੇਸ਼ਨ ਦਾ ਨਾਂ ਤੇ ਲਿਸਟ ਚ ਆਪਣਾ ਜਾਣਿਆਲੇ ਸਟੇਸ਼ਨ ਦਾ ਨਾਂ ਲਿਖਣਾ ਹੋ ਮਿਸਾਲ ਦੇ ਲਈ ਜੇਕਰ ਤੁਸੀਂ ਬੰਗਲੌਰ ਸਮਾ ਚੇਨਈ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫ੍ਰਾਮ ਲਿਸਟ ਚ ਬੰਗਲੌਰ ਤੇ ਟੂ ਲਿਸਟ ਚ ਚੇਨਈ ਟਾਈਪ ਕਰਕੇ ਉਸ ਵਰਕ ਚ ਤੁਸੀਂ ਸਟੇਸ਼ਨ ਦੇ ਕੋਡ ਵੀ ਟਾਈਪ ਕਰ ਸਕਦੇ ਹੋ ਉਹ ਡੇਟ ਵਰ ਕੈਲੰਡਰ ਚ ਯਾਤਰਾ ਦੀ ਤਾਰੀਖ ਦਾ ਚੈਨ ਕਰੋ ਉਹ ਟਿਕਟ ਟਾਈਮ ਉਪਰ ਜਾਓ ਤੇ ਦੋ ਚੋਂ ਇੱਕ ਵਿਕਲਪ ਦੀ ਚੁਣੋ ਪਹਿਲਾ ਵਿਕਲਪ ਆਈ ਟਿਕਟ ਦਾ ਦੂਆ ਵਿਕਲਪ ਈ ਟਿਕਟ ਦਾ ई टिकट की तुस आपू इलेक्ट्रॉनिक टिकट लेखा प्रिंट करिया हासिल कर सकदियो हो आई टिकट भौतिक टिकट जड़ा तुस ऑनलाइन बुकिंग दे किस दिने मगरा हासिल हुंदा है उन कोटा क्षेत्र के विकल्पें च एक विकल्प चुनो इथे पर त्रै विकल्प न सामान्य तत्काल महिला सामान्य च कोई भी यात्रा कर सकता है तत्काल टिकट ट्रेन ਦੇ ਪ੍ਰਸਥਾਨ ਦੇ 1 ਦਿਨ ਪਹਿਲੇ ਬੁੱਕ ਕੀਤਾ ਜਾ ਸਕਦਾ ਹੈ ਤੇ ਲੇਡੀਜ਼ ਕੋਟਾ ਮਹਿਲਾਵਾਂ ਦੇ ਲਈ ਅਰਕਸ਼ਿਤ ਹੁੰਦਾ ਹੈ ਬੁੱਕ ਵਿਕਲਪ ਉਪਰ ਕਲਿੱਕ ਕਰਨੇ ਪਰ ਇਹ ਪਰਤੀ ਹੈ ਤੁਸੀਂ ਕੀ ਉਸ ਪੇਜ ਉਪਰ ਦਸੀ ਦੇ ਜਿੱਥੂਆ ਤੁਸੀਂ ਕੀ ਯਾਤਰਾ ਕਰਨੇ ਆਲੇ ਯਾਤਰੀਆਂ ਦਾ ਵਿਵਰਣ ਪਨਾਓ ਇੱਕ ਇਹ ਟਿਕਟ ਉਪਰ ਜ਼ਿਆਦਾ ਸਮਾ ਜ਼ਿਆਦਾ 6 ਯਾਤਰੀ ਯਾਤਰਾ ਕਰ ਸਕਦੇ ਬਾਕਸ ਚ ਵਿਵਰਣ ਭਰੋ ਤੇ ਫੀ ਨੈਕਸਟ ਬਟਨ ਉਪਰ ਕਲਿੱਕ ਕਰੋ ਹੁਣ ਤੁਸੀਂ ਅਰਖਣ ਦਾ ਵਿਵਰਣ ਦੇਖੀ ਸਕਦੇ ਹੋ ਦੱਸੇ ਕਿ ਤੇ ਵਿਵਰਣ ਦੀ ਜਾਂਚੋ ਜੇ ਪਲਾ ਉਹ ਤੁੰਦੀ ਜ਼ਰੂਰਤ ਦੇ ਮੁਤਾਬਕ ਹੈ ਜਾਂ ਨਹੀਂ एक कोटे की उपलब्धता भी दस चाचा हून तुम आईआरसी वेबसाइट का प्रयोग करिए दिल्ली पटना का स्लीपर क्लास टिकट आरक्षित करवाने का प्रयास करो आहो पूरा विश्वास है जे मैं करी सकना। দিদি палаమే মোবাইল ফোন ਉਪਰ ਵੀ ਇੰਟਰਨੈਟ ਰੇਲਵੇ ਟਿਕਟ ਬੁੱਕ ਕਰ ਸਕਦਾ ਹਾ ਰੋਹਨ ਤੁਸੀਂ ਮੋਬਾਈਲ ਫੋਨ ਜਾਂ ਟੈਬਲੇਟ ਉਪਰ ਵੀ ਰੇਲਵੇ ਟਿਕਟ ਬੁੱਕ ਕਰਾਈ ਸਕਦੇ ਹੋ ਆਈ ਆਰ ਸੀ ਟ ਸੀ ਐਪ ਵਿਜਲ ਕੁਛੇ ਸ਼ੁਲਕ ਦੇ ਡਾਊਨਲੋਡ ਕੀਤੀ ਜਾ ਸਕਦੀ ਹੈ ਤੇ ਇਹ ਐਂਡਰੋਇਡ ਦੇ ਕਨੈਕਟ ਹਨ ਵਿੰਡੋਸ ਫੋਨ ਦੇ ਲਈ ਵੀ ਉਪਲਬਧ ਹੈ ਐਂਡਰੋਇਡ ਫੋਨ ਦਾ ਪ੍ਰਯੋਗ ਕਰਿਆ ਟਿਕਟ ਬੁੱਕ ਕਰਨ ਦੇ ਲਈ ਬਖ ਪਦੇ ਦਾ ਅਨੁਸਰਣ ਕਰੋ ਪਹਿਲੇ ਪਲੇ ਸਟੋਰ ਸਮਾ आईआरसी ऐप डाउनलोड करो ऐप खोलो ते यूजर नेम पासवर्ड का प्रयोग करिए लॉग इन करो कामयाबी के लॉग इन करने के मगर ए भाग नजर आता है टिकट बुक करने के लिए बुक टिकट पब्लिक इनक्वायरी विकल्प पर क्लिक करो प्लान माई ट्रैवल विकल्प ਨਜ਼ਰ ਆਓ ਜਿੱਥੇ ਤੁਸੀਂ ਕੀ ਅਪੇਕਸ਼ਿਤ ਜਾਣਕਾਰੀ ਦਰਜ ਕਰਨੀ ਹੋ। ਮਿਸਾਲ ਦੇ ਤੌਰ 'ਤੇ ਜਾਣਿਆ ਲਈ ਥਾਂ ਯਾਤਰਾ ਦੀ ਤੀਥੀ, ਸ਼੍ਰੇਣੀ, ਕੋਟਾ ਤੇ ਟਿਕੜ ਦਾ ਪ੍ਰਕਾਰ। ਹੁਣ ਇਹ ਟ੍ਰੇਨ ਦੀ ਸੂਚੀ ਵਿਕਲਪ ਉਪਰ ਹਿੱਟ ਕਰੋ। ਹੁਣ ਤੁਸੀਂ ਕੀ ਲੋੜ ਦੇ ਮੁਤਾਬਕ ਟ੍ਰੇਨ ਦੀ ਸੂਚੀ ਨਜ਼ਰ ਆਓ। ਹੁਣ ਪੈਸੇਂਜਰ ਫਾਰਮ ਨਜ਼ਰ ਆਓ। ਯਾਤਰਾ ਪਿਰਾ ਦਰਜ ਕਰਨ ਦੇ ਲਈ ਐਡ ਪੈਸੇਂਜਰ ਉਪਰ ਕਲਿੱਕ ਕਰੋ। यात्री सूचना दर्ज करने मगर ऐड बटन उपर क्लिक करो। ते उन पैसेंजर सक्सैसफुल एडिट दसते हुई संदेश नजर आओ यात्रा का विवरण ते टिकट दी शुल्क जानने लिए कंटिन्यू बटन उपर क्लिक करो उन यात्रा का विवरण ते टिकट का किराया नजर विवरण चेक करो फी उपलब्ध विकल्पें चा कु विकल्प में भुगतान करने दे लिए मेक पेमेंट बटन पर क्लिक करो भुगतान दे विशेष ढंग ਤੇ ਬੈਂਕ ਦਾ ਚੈੱਕ ਕਰ ਲੈਣੇ ਪਰ ਇਹ ਸਵਚਾਲਿਤ ਰੂਪਕ ਨੇ ਉਸ ਬੈਂਕ ਦੇ ਭੁਗਤਾਨ ਪਿਛਟੂ ਪਰ ਚਲੀ ਜਾਗ। ਹੁਣ ਭੁਗਤਾਨ ਸਫਲ ਹੋ ਜਾਣੇ ਪਰ ਇਹ ਸਵਚਾਲਿਤ ਰੂਪਕ ਨੇ IRCTC ਦੀ ਵੈਬਸਾਈਟ ਉੱਪਰ ਪਹੁੰਚਤੀ ਹੈ ਨਿਰਦੇਸ਼ਿਤ ਹੋ ਜਾਗ ਤੇ ਤੁੰਡਾ ਟਿਕਟ ਬੁੱਕ ਹੋ ਜਾਗ। ਕੀ ਤੁਸ ਬੱਸ ਦਾ ਆਨਲਾਈਨ ਟਿਕਟ ਵੀ ਬੁੱਕ ਕਰਾਈ ਸਕਦੀ ਹੋ ਗੀਤਾ? ਹਾਂ ਬਿਲਕੁਲ। ਮਤੀ ਸਵਾਰੀ ਨਈ ਏਜੰਸੀਆਂ ਜਿੰਦੇ ਰਾਏ ਤੁਸੀਂ ਬਾਸਤੀ ਟਿਕਟ ਵੀ ਆਨਲਾਈਨ ਬੁੱਕ ਕਰ ਸਕਦੇ ਹੋ ਦੱਸੋ ਨਾ ਅਸ ਕੀ ਕਰ ਸਕਨੇ ਆ ਠੀਕ ਹੈ ਪਹਿਲੇ ਅਸ ਕਿਹ ਪ੍ਰਸਿੱਧ ਆਨਲਾਈਨ ਪੋਰਟਲ ਦੇ ਬਾਰੇ ਚ ਜਾਣਨੇ ਆ ਜਿਹੜੇ ਇਹ ਸੁਵਿਧਾ ਉਪਲਬਧ ਕਰਾਉਂਦੇ ਨੇ redbus.in travelyari.com bookbus.no.com adivass seatsleek.in simplybus igozi.com वगैरह जिंदे माध्यम कने तुस अपना बस टिकट बुक कराई सकदे हो सारे शप्रसिद्ध पोर्टल है redbus.in जेदे कोल 80%समामति दी मार्केट शेयर उन अस उने गैं दिखनीआ जिंदे राई अस redbus दा टिकट बुक कराई सकनेआ पहले www.redbus.in पर लॉग इन करो फी फ्रॉम टू पे डेट ऑफ जर्नी का चयन करो ते फी सर्च बसेस विकल्प क्लिक करो उन खोज के परिणाम पृष्ठ बुकिंग दे ले उपलब्ध सीटें नज़र आओ यात्रा बस के प्रकार सुविधा चढ़ने ते उतरने का समय थार दे मुताबिक अपने परिणामे की छांटे। ਸੀਟ ਦੇਖੋ ਉਸ ਸੀਟ ਉਪਰ ਕਲਿੱਕ ਕਰੋ ਜਿਹੜੀ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੇ ਚੜ੍ਹਨੇ ਤੇ ਉਤਰਨੇ ਦੇ ਥਾਰ ਦਾ ਚੈਨ ਕਰੋ ਤੇ ਫਿਰ ਕੰਟੀਨਿਊ ਬਟਨ 'ਤੇ ਦਬਾਓ। ਹੁਣ ਵਿਅਕਤੀਗਤ ਵਿਉਰਾ ਪਰੋ ਜੇਕਰ ਤੁਸੀਂ ਦੇ ਕੋਲ ਆਫਰ ਕੋਡ ਹੈ ਵ્યાં ਕੈਸ਼ ਬਣਾ ਤਾਂ ਉਹਦਾ ਇਸਤੇਮਾਲ ਕਰੋ। ਹੁਣ ਵੈਬਸਾਈਟ ਉਪਰ ਦਿੱਤੀ ਗਈ ਆਨਲਾਈਨ ਭੁਗਤਾਨ ਦੇ ਤਰੀਕੇ ਵਿੱਚੋਂ ਇੱਕ ਦਾ ਚੈਨ ਕਰਿਆ ਭੁਗਤਾਨ ਕਰੋ। ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਰਾਹੀਂ ਭੁਗਤਾਨ ਕਿਤੇ ਜਾਣ ਦੇ ਲਈ ਇਹ ਬਿੰਦੂ ਹੈ ਨਟ ਬੈਂਕਿੰਗ ਦੇ ਰਾਹੀਂ ਭੁਗਤਾਨ ਕਿਤੇ ਜਾਣ ਦੇ ਲਈ ਇਹ ਬਿੰਦੂ ਹੈ ਰੈੱਡ ਬੱਸ ਵੈਬਸਾਈਟ ਦੇ ਜਰੀਏ ਦਿੱਲੀ ਸਮਾ ਅਰੀ ਦਵਾਰ ਦਾ ਟਿਕਟ ਬੁੱਕ ਕਰਾਣੇ ਦੀ ਕੋਸ਼ਿਸ਼ ਕਰੋ ਹਾਂ ਮੈਂ ਕਰੀ ਸਕਣਾ ਪਹਿਲਾ ਮੈਂ ਰੈੱਡ ਬੱਸ ਐਪ ਤੇ ਦੱਲ ਰਹੀਏ ਬੱਸ ਦਾ ਟਿਕਟ ਮੋਬਾਈਲ ਫੋਨ ਉਪਰ ਇੰਟਰਨੈਟ ਦਾ ਪ੍ਰਯੋਗ ਕਰੇ ਬੁੱਕ ਕਰੀ ਸਕਨਾ ਬਿਲਕੁਲ ਤੁਸੀਂ ਕੀ ਇਹਦੇ ਉਪਰ ਰੈੱਡ ਬੱਸ ਐਪ ਕੀ ਇੰਸਟਾਲ ਕਰਨਾਉ ਇਹਦੇ ਲਈ ਨਿਮਨ ਪੱਧ ਦੇ ਦਾ ਅਨੁਸਰਣ ਕਰੋ ਟੱਲੇ ਪਲੇ ਸਟੋਰ ਉਪਰ ਜਾਓ ਤੇ ਰੈੱਡ ਬੱਸ ਐਪ ਸਰਚ ਕਰੋ ਤੇ ਈਸੀ ਆਪਣੇ ਸਮਾਰਟਫੋਨ ਉਪਰ ਇੰਸਟਾਲ ਕਰੋ ਇਕ ਵਾਰੀ ਜਿੱਲੇ ਇੰਸਟਾਲ ਦੀ ਪ੍ਰਕਿਰਿਆ ਮੁਕੰਮਲ ਹੋ ਜਾਗ ਐਪ ਕੀ ਚਾਲੂ ਕਰਨ ਦੇ ਲਈ ਖੋਲੋ ਤੇ ਬੁਕਿੰਗ ਸ਼ੁਰੂ ਕਰੋ। ਉਹਨ ਪ੍ਰਾਰੰਭ ਤੇ ਗਨਤਬ ਕੀ ਫ੍ਰਾਮ ਤੇ ਟੂ ਦੇ ਫੀਲਡ ਚ ਦਰਜ ਕਰੋ। ਜੇ ਲ ਤੁਸ ਪ੍ਰਾਰੰਭ ਤੇ ਗਨਤਬ ਕੀ ਦਰਜ ਕਰਨ ਲਾਗੇ ਤੇ ਕੈਲੰਡਰ ਕੰਨ ਹੈ ਤੀਥੀ ਦਾ ਚਣ ਕਰਗੇ ਤੇ ਫੀ ਸਰਚ ਬੱਸਸੇਸ ਬਟਨ ਉਪਰ ਕਲਿੱਕ ਕਰੋ। ਉਹ ਸੀਟ ਕੀ ਚੁਨੋ ਤੇ ਆਪਣੀ ਬੋਰਡਿੰਗ ਦੀ ਜਾਣਕਾਰੀ ਦਰਜ ਕਰੋ ਫੀ ਕੰਟੀਨਿਊ ਬੁਕਿੰਗ ਬਟਨ ਉਪਰ ਕਲਿੱਕ ਕਰੋ ਹੁਣ ਆਪਣਾ ਸੰਪਰਕ ਵਿਵਰਾ ਜਿਵੇਂ ਨਾਮ ਈਮੇਲ ਆਈਡੀ ਸੰਪਰਕ ਨੰਬਰ ਆਯੂ ਲਿੰਕ ਤੇ ਕੰਟੀਨਿਊ ਬੁਕਿੰਗ ਬਟਨ ਉੱਪਰ ਕਲਿੱਕ ਕਰੋ ਉਨ ਉਪਲਬਧ ਵਿਕਲਪਾਂ ਵਿੱਚੋਂ ਇੱਕ ਦਾ ਪ੍ਰਯੋਗ ਕਰੀਏ ਭੁਗਤਾਨ ਕਰੋ ਤੁਸੀਂ ਇਸ ਚਾਲੀ ਆਨਲਾਈਨ ਟਿਕਟ ਬੁੱਕ ਕਰਾਈ ਸਕਦੇ ਹੋ ਧੰਬਾ ਜੀ ਜੀ ਇਹ ਜਾਣਕਾਰੀ ਸਾਡੇ ਲਈ ਬੜੀ ਮਦਦਗਾਰ ਹੋ ਹਾਂ ਬਿਲਕੁਲ ਚਲੋ ਉਸ ਇਸ ਗਤੀਵਿਧੀ ਦੀ ਜਾਂਚ ਹੈ ਗੀਤਾ ਸਾਡੇ ਕਨੇ ਪਿੰਡਾਂ ਦੇ ਲੋਕਾਂ ਨੂੰ ਨਵੰਤਨ ਸਰਕਾਰੀ ਯੋਜਨਾਵਾਂ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ ਕਿ ਇੰਟਰਨੈਟ ਸਾਡੀ ਸਹਾਇਤਾ ਕਰੀ ਸਕਦਾ ਹੈ ਬਿਲਕੁਲ ਚਾਚਾ ਜੀ ਪਾਰ ਸਰਕਾਰ ਕੇਂਦਰ क्या राज्य स्तर पर नागरिकों की सूचना से सेवा ऑनलाइन उपलब्ध कराद ज गवर्नेस यहाँ थर थे तुस इन्हें की चेक करने दे ले, इंटरनेट कर सकते हो।